ਤੁਸੀਂ ਵੇਖ ਰਹੇ ਹੋ ਲਿਵਿੰਗ ਇੰਡੀਆ ਨਿਊਜ਼, ਸੱਚਾਈ ਦੀ ਤਾਕਤ। ਸਤਿ ਸ਼੍ਰੀ ਅਕਾਲ, ਲਿਵਿੰਗ ਇੰਡੀਆ ਨਿਊਜ਼ ਦੇ ਵਿੱਚ ਸਾਡੇ ਸਾਰੇ ਦਰਸ਼ਕਾਂ ਦਾ ਜੀ ਆਇਆਂ। ਮੈਂ ਹਾਂ ਨਵਨੀਤ ਸਿੰਘ ਬੱਦਵਾ। ਪੰਜਾਬ ਦੀ ਸਿਆਸਤ ਜਾਂ ਕਹੀਏ ਕਿ ਸਿੱਖ ਸਿਆਸਤ ਦੇ ਵਿੱਚ ਅਜਿਹੇ ਕਈ ਮਸਲੇ ਨੇ ਜੋ ਸਮੇਂ-ਸਮੇਂ ਤੇ ਬੰਦ ਹੋ ਜਾਂਦੇ ਨੇ ਪਰ ਫਿਰ ਸਾਹਮਣੇ ਵੀ ਆ ਜਾਂਦੇ ਨੇ। ਅਜਿਹਾ ਇੱਕ ਮਸਲਾ ਹਰਿਆਣੇ ਦੇ ਵਿੱਚ ਵੱਖਰੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਜੋ ਅੱਜ ਤੋਂ ਲਗਭਗ ਪੰਜ ਛੇ ਸਾਲ ਪਹਿਲਾਂ ਸਭ ਤੋਂ ਜ਼ਿਆਦਾ ਸੁਰਖੀਆਂ 'ਚ ਰਿਹਾ ਜਦੋਂ ਹੁੱਡਾ ਸਰਕਾਰ ਗਈ, ਜਾਂਦੇ ਜਾਂਦੇ ਇੱਕ ਐਕਟ ਵੀ ਪਾਸ ਕਰਕੇ ਗਈ, ਪਰ ਬਾਵਜੂਦ ਉਸਦੇ ਹਰਿਆਣੇ ਦੇ ਸਿੱਖਾਂ ਨੂੰ ਇੱਕ ਵੱਖਰੀ ਕਮੇਟੀ ਨਹੀਂ ਮਿਲ ਸਕੀ, ਕਿਉਂ? ਅੱਜ ਉਹਨਾਂ ਤਮਾਮ ਮਸਲਿਆਂ 'ਤੇ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਦੀਦਾਰ ਸਿੰਘ ਨਲਵੀ ਜੀ ਨੇ, ਜਿਹੜੇ ਕਿ ਸੀਨੀਅਰ ਮੀਟ ਪ੍ਰਧਾਨ ਨੇ HSCPC ਦੇ। ਬਹੁਤ ਬਹੁਤ ਜੀ ਆਇਆ ਨਲਵੀ ਸਾਹਿਬ ਲਿਵਿੰਗ ਇੰਡੀਆ ਨਿਊਜ਼ ਦੇ। ਥੈਂਕ ਯੂ ਵੈਰੀ ਮਚ। ਪੰਜਾਬ ਸਰਕਾਰ ਵੱਲੋਂ ਹਲਫਨਾਮਾ ਸੁਪਰੀਮ ਕੋਰਟ ਦੇ ਵਿੱਚ ਦਿੱਤਾ ਗਿਆ, ਜਿਸ ਤੋਂ ਬਾਅਦ ਇੱਕ ਨਵੀਂ ਚਰਚਾ ਛਿੜੀ ਕਿ ਵਾਕਈ ਕਮੇਟੀ ਮਿਲਣੀ ਚਾਹੀਦੀ ਹੈ ਜਾਂ ਨਹੀਂ ਮਿਲਣੀ ਚਾਹੀਦੀ ਹੈ। ਉਸ ਹਲਫਨਾਮੇ ਦਾ ਸਵਾਗਤ ਵੀ ਹੋ ਰਿਹਾ, ਉਸਦਾ ਵਿਰੋਧ ਵੀ ਹੋ ਰਿਹਾ, ਪਰ ਕੀ ਇੱਕ ਵੱਖਰੀ ਕਮੇਟੀ ਦਾ ਵਿਰੋਧ ਹੋਣਾ ਚਾਹੀਦਾ? ਵੱਖਰੀ ਕਮੇਟੀ ਜਦੋਂ ਅਕਾਲੀ ਦਲ ਨੇ ਮੋਰਚਾ ਲਾ ਕੇ ਪੰਜਾਬੀ ਸੂਬੇ ਦੀ ਮੰਗ ਕੀਤੀ ਸੀ ਤਾਂ ਉਹਨਾਂ ਦੀ ਮੰਗ ਨੂੰ ਮੰਨਦਿਆਂ ਹਿੰਦੁਸਤਾਨ ਦੀ ਪਾਰਲੀਮੈਂਟ ਨੇ ਪੰਜਾਬ ਰੀਆਰਗੇਨਾਈਜੇਸ਼ਨ ਐਕਟ 1966 ਪਾਰਲੀਮੈਂਟ 'ਚ ਲਿਆਤਾ। ਇਹ ਅਕਾਲੀਆਂ ਦੇ ਮੰਗ ਦੇ ਉੱਤੇ ਇਹ ਐਕਟ ਆਇਆ ਸੀਗਾ। ਇਸ ਐਕਟ ਦੇ ਸੈਕਸ਼ਨ 72 ਵਿੱਚ ਲਿਖਿਆ ਹੋਇਆ ਹੈ ਕਿ ਜਦੋਂ ਹੁਣ ਪੰਜਾਬ ਸਟੇਟ ਰੀਆਰਗੇਨਾਈਜ ਹੋ ਗਈ ਹੈ ਤਾਂ ਜਿਹੜੀ ਸਕਸੀਡਿੰਗ ਸਟੇਟਸ ਨੇ ਹਰਿਆਣਾ, ਹਿਮਾਚਲ ਅਤੇ UT ਚੰਡੀਗੜ੍ਹ, ਉਹਨਾਂ ਨੂੰ ਪਾਰਲੀਮੈਂਟ ਅਧਿਕਾਰ ਦਿੰਦੀ ਹੈ ਕਿ ਉਹ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ, ਇਹਨਾਂ ਦੀ ਥਾਂ ਦੇ ਉੱਤੇ ਇਹਨਾਂ ਦਾ ਆਲਟਰਨੇਟਿਵ ਕ੍ਰੀਏਟ ਕਰਨ, ਔਰ ਉੱਥੇ ਲਫ਼ਜ਼ ਸ਼ੈਲ ਲਿਖਿਆ ਹੈ। ਲੀਗਲ ਪਾਰਲੈਂਸ ਵਿੱਚ ਸ਼ੈਲ ਲਿਖਣ ਤੋਂ ਵਾਧੋਂ ਕਿਸੇ ਦੇ ਕੋਲ ਕੋਈ ਡਿਸਕ੍ਰਿਪਸ਼ਨ ਨਹੀਂ ਰਹਿ ਜਾਂਦੀ। ਪਾਰਲੀਮੈਂਟ ਦੇ ਕੋਲ ਵੀ ਹੁਣ ਕੋਈ ਰਾਈਟ ਨਹੀਂ ਰਹਿ ਗਿਆ। ਪਾਰਲੀਮੈਂਟ ਨੇ ਇਹ ਆਪਣਾ ਰਾਈਟ ਇਹ ਸਟੇਟਸ ਨੂੰ ਸੌਂਪ ਦਿੱਤਾ ਤਾਂ ਸਟੇਟਸ ਦੀ ਮਰਜ਼ੀ ਨਹੀਂ ਸੀਗੀ ਕਿ ਵੀ ਸਟੇਟਸ, ਉਹਨਾਂ ਨੇ ਹਰਿਆਣੇ ਨੇ ਐਕਸਰਸਾਈਜ਼ ਕਰ ਲਿਆ, ਹਿਮਾਚਲ ਨੇ ਨਹੀਂ ਕੀਤਾ, UT ਨੇ ਨਹੀਂ ਕੀਤਾ, ਪਰ ਪਾਰਲੀਮੈਂਟ ਨੇ ਉਹਨਾਂ ਨੂੰ ਰਾਈਟ ਦੇ ਦਿੱਤਾ ਹੈ ਇਸ ਵਾਸਤੇ। ਔਰ ਇਹ ਜਿਹੜਾ ਪੰਜਾਬ ਰੀਆਰਗੇਨਾਈਜੇਸ਼ਨ ਐਕਟ 1966 ਹੈ, ਇਹਦੇ ਵਿੱਚ ਇਹਦੇ ਉੱਤੇ ਉਸ ਵਕਤ 'ਤੇ ਪਾਰਲੀਮੈਂਟ ਜਿੰਨੇ ਅਕਾਲੀ ਦਲ ਦੇ, ਸ਼੍ਰੋਮਣੀ ਅਕਾਲੀ ਦਲ ਦੇ MP ਸਨ, ਉਹਨਾਂ ਦੇ ਦਸਖਤ ਹੋਏ ਹੋਏ। ਸੋ ਇਟ ਇਜ਼ ਏ ਬਾਈਂਡਿੰਗ ਅਪਾਨ ਦਮ, ਅਕਾਲੀ ਦਲ ਦੇ ਉੱਤੇ ਬਾਈਂਡਿੰਗ ਹੈ। ਹਰਿਆਣੇ ਦੇ ਸਿੱਖਾਂ ਨੇ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਸੀ ਮੰਗੀ। ਇਹ ਤਾਂ ਪਾਰਲੀਮੈਂਟ ਨੇ ਆਪਣੇ ਆਪ ਹੀ ਇੱਕ ਗੱਲ ਵਾਜਿਬ ਸਮਝੀ ਕਿ ਜਿਹੜੇ ਹਰਿਆਣੇ ਦੇ ਵਿੱਚ ਇਤਿਹਾਸਕ ਗੁਰਦੁਆਰੇ ਨੇ ਉਹਨਾਂ ਦਾ ਆਖਿਰਕਾਰ ਇੰਨੀ ਜ਼ਮੀਨ ਹੈ, ਇੰਨੀ ਆਮਦਨ ਹੈ, ਇੰਨਾ ਕੁਛ ਸਭ ਕੁਛ ਪ੍ਰਬੰਧ ਹੈ, ਉਹਨਾਂ ਦਾ ਪ੍ਰਬੰਧ ਫਿਰ ਕੌਣ ਕਰੇਗਾ? ਤਾਂ ਉਹਨਾਂ ਨੇ ਆਪਣੀ ਇੱਕ ਲੀਗਲ ਮਾਰਲ ਡਿਊਟੀ ਨੂੰ ਡਿਸਚਾਰਜ ਕਰਦਿਆਂ ਸੈਕਸ਼ਨ 72 ਉਸ ਵਿੱਚ ਇਨਕਾਰਪੋਰੇਟ ਕੀਤਾ। ਉਹਨਾਂ ਨੂੰ ਅਕਾਲੀ ਦਲ ਨੇ ਮੰਨਿਆ ਅਤੇ ਮੰਨਣ ਤੋਂ ਬਾਅਦ ਉਹ ਆਪਣਾ ਪੰਜਾਬੀ ਸੂਬਾ ਤਾਂ ਲੈ ਲਿਆ ਅਤੇ ਕਹਿੰਦੇ ਨੇ ਕਿ ਅਸੀਂ ਹੁਣ ਪੰਜਾਬੀ ਸੂਬਾ ਵੀ ਲੈ ਲਿਆ ਅਤੇ ਜਿਹੜੀ ਹਰਿਆਣੇ ਦੇ ਵਿੱਚ ਵੱਖਰੀ ਮਤਲਬ ਸਾਡੇ ਗੁਰਦੁਆਰੇ ਨੇ ਉਹ ਵੀ ਸਾਡੇ ਅੰਡਰ ਰਹਿਣਗੇ। ਹਾਓ ਇਟ ਕੈਨ ਬੀ ਪੋਸੀਬਲ? ਕੈਨ ਇਟ ਬੀ ਪੋਸੀਬਲ? ਇਟ ਕੈਨ ਨੋਟ ਬੀ। ਸੋ ਦੇ ਆਰ ਆਸਕਿੰਗ ਫਾਰ ਏ ਥਿੰਗ ਜਿਹੜੀ ਕਿ ਉਹਨਾਂ ਨੇ ਖੁਦ ਹੀ ਦਸਖਤ ਕਰਕੇ ਹਰਿਆਣੇ ਨੂੰ ਸੌਂਪ ਦਿੱਤੀ ਹੈ। ਇਹ ਹੁਣ ਹਰਿਆਣੇ ਦੇ ਪੀਪਲਸ ਦੀ ਪ੍ਰਾਪਰਟੀ ਹੈ, ਲੋਕਾਂ ਦੀ, ਸਿੱਖ ਸਮਾਜ ਦੀ ਪ੍ਰਾਪਰਟੀ ਹੈ, ਸਿੱਖ ਸਮਾਜ ਦੀ ਵਿਰਾਸਤ ਹੈ। ਪ੍ਰਾਪਰ ਲੈਟ ਮੀ ਸੇ ਕਿ ਇਹ ਵਿਰਾਸਤ ਹੈ, ਉਸ ਵਿਰਾਸਤ ਦੀ ਸੰਭਾਲ ਕਰਨੀ ਇਹ ਹਰਿਆਣੇ ਦੇ ਸਿੱਖਾਂ ਦਾ ਧਾਰਮਿਕ ਫਰਜ਼ ਵੀ ਹੈ ਅਤੇ ਪਾਰਲੀਮੈਂਟ ਰਾਹੀਂ ਸੌਂਪਿਆ ਹੋਣ ਦੀ ਵਜ੍ਹਾ ਕਰਕੇ ਕਾਂਸਟੀਟਿਊਸ਼ਨਲੀ ਹੈ। ਅਤੇ ਹੁਣ ਜਦੋਂ ਹਰਿਆਣੇ ਦੀ ਵੱਖਰੀ ਹਰਿਆਣੇ ਦੀ ਲੈਜਿਸਲੇਟਿਵ ਅਸੈਂਬਲੀ ਨੇ July 2014 'ਚ ਇਸ ਗੱਲ ਉੱਤੇ ਮੋਹਰ ਲਾ ਦਿੱਤੀ, ਨਾਓ ਇਟ ਇਜ਼ ਫਾਈਨਲ। ਇਹਦਾ ਸਿਰਫ ਇੱਕ ਅੜਿੱਕਾ ਹੈ ਜਿਹੜਾ ਕਿ ਬਾਦਲ ਸਾਹਿਬ ਨੇ ਡਾਇਆ, SCPC ਨੇ ਡਾਇਆ, ਜਿਹੜਾ ਕਿ ਇਹਨਾਂ ਦਾ ਕੋਈ ਵੀ 1925 ਦੇ ਗੁਰਦੁਆਰਾ ਐਕਟ ਦਾ ਤਰਕ ਦਿੰਦੇ ਨੇ। ਅਕਾਲੀ ਦਲ ਬਾਰ ਬਾਰ ਇਹ ਗੱਲ ਕਹਿੰਦਾ ਨਲਵੀ ਸਾਹਿਬ ਕਿ ਜੋ ਗੁਰਦੁਆਰਾ ਐਕਟ 1925 ਹੈ ਉਹ ਸੰਵਿਧਾਨਿਕ ਕਾਨੂੰਨ ਤੋਂ ਪਹਿਲਾਂ ਦਾ,
ਫਿਰ ਅਸੀਂ ਗੁਰਦੁਆਰਿਆਂ ਦੀ ਵੰਡ ਨੂੰ ਲੈ ਕੇ ਕਿਵੇਂ ਸੰਵਿਧਾਨਕ ਕਾਨੂੰਨ ਦੀ ਗੱਲ ਕਰੀਏ? ਦਿਸ ਇਜ਼ ਨਾਟ ਦੇਅਰ ਸਟੈਂਡ, ਆਈ ਡੋਂਟ ਐਗਰੀ ਵਿਦ ਯੂ। ਅਕਾਲੀ ਦਲ ਕਹਿ ਰਿਹਾ ਨੋ, ਆਈ ਡੋਂਟ ਡੂ ਨਾਟ ਸੋ, ਬਟ ਇਟ ਇਜ਼ ਨਾਟ ਦੇਅਰ ਸਟੈਂਡ। ਫਿਰ ਕੀ ਸਟੈਂਡ ਹੋਣਾ ਚਾਹੀਦਾ? ਨਹੀਂ, ਇਟ ਇਜ਼ ਫਾਰ ਦੈਮ ਟੂ ਟੇਕ ਦੇਅਰ ਸਟੈਂਡ, ਕਿ ਅਕਾਲੀ ਦਲ ਨੇ ਕੀ ਸਟੈਂਡ ਲੈਣਾ ਇਹ ਤਾਂ ਉਹ ਸੋਚੋ। ਨਲਵੀ ਸਾਹਿਬ, ਗੱਲ ਤਾਂ ਉੱਥੇ ਆ ਕੇ ਖੜ ਗਈ ਨਾ ਕਿ ਜੇ ਤੁਸੀਂ 1966 ਦੇ ਪੁਨਰਗਠਨ ਐਕਟ ਦੀ ਗੱਲ ਕਰ ਰਹੇ ਹੋ, ਹਾਂਜੀ, ਪੀਏਯੂ ਦੀ ਜਗ੍ਹਾ ਐਚਏਯੂ ਮਿਲ ਗਈ, ਹਾਂਜੀ, ਪੀਯੂ ਦੀ ਜਗ੍ਹਾ ਕੁਰੂਕਸ਼ੇਤਰਾ ਯੂਨੀਵਰਸਿਟੀ ਹੋ ਗਈ, ਹਿਸਾਰ ਦੇ ਵਿੱਚ ਯੂਨੀਵਰਸਿਟੀ ਹੋ ਗਈ, ਸਿਰਸੇ ਛੋੜ ਯੂਨੀਵਰਸਿਟੀਆਂ ਬਾਅਦ 'ਚ ਬਣਦੀਆਂ ਰਹੀਆਂ, ਹਾਂਜੀ ਹਾਂਜੀ ਹਾਂਜੀ। ਵੱਖਰੀ ਗੁਰਦੁਆਰਾ ਕਮੇਟੀ ਦੀ ਮੰਗ ਅੱਜ ਵੀ ਵਿਵਾਦਾਂ ਦੇ ਵਿੱਚ ਕਿਉਂ ਹੈ? ਜੇ ਤੁਸੀਂ ਕਹਿੰਦੇ ਹੋ ਤੁਹਾਡੀ ਵਿਰਾਸਤ ਕੇਵਲ ਸਾਂਭਣਾ, ਇਹ ਕੇਵਲ ਤੇ ਕੇਵਲ ਲਾਲਚ ਹੈ, ਬਿਲ ਮਤਲਬ ਦਾ ਲਾਲਚ ਹੈ। ਕਿਸ ਦਾ ਲਾਲਚ ਹੈ? ਇਹ ਲਾਲਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੈ ਔਰ ਸ਼੍ਰੋਮਣੀ ਅਕਾਲੀ ਦਲ ਦਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਅੱਜ ਤੀਕਰ ਸਾਰੇ ਹਿੰਦੁਸਤਾਨ ਦੇ ਵਿੱਚ ਇੱਕ ਬਹੁਤ ਵੱਡਾ ਝੂਠ ਇਹ ਫੈਲਾਇਆ ਹੈ ਔਰ ਬਹੁਤੇ ਲੋਕਾਂ ਦੇ ਅੱਜ ਵੀ ਪੰਜਾਬ 'ਚ ਵੀ, ਹਰਿਆਣੇ 'ਚ ਵੀ, ਦਿੱਲੀ 'ਚ ਵੀ, ਬੰਬੇ ਵਿੱਚ ਵੀ, ਯੂਪੀ ਵਿੱਚ ਵੀ ਇਹ ਅੰਡਰਸਟੈਂਡਿੰਗ ਹੈ ਸਿੱਖਾਂ ਦੀ ਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਇਹ ਇਹ ਸਾਰੀ ਸਟੇਟਸ ਦੇ ਗੁਰਦੁਆਰੇ ਦੇ ਪ੍ਰਬੰਧ ਕਰਨ ਦੀ ਕਾਨਸਟੀਟਿਊਸ਼ਨ ਐਂਡ ਲੀਗਲ ਬਾਡੀ ਹੈ, ਵਿਚ ਇਜ਼ ਨਾਟ ਕੁਰੈਕਟ ਬਿਕਾਸ ਦਿਸ 1925 ਐਕਟ ਇਜ਼ ਐਨ ਐਕਟ ਆਫ ਦੀ ਸਟੇਟ ਆਫ ਪੰਜਾਬ, ਇਟਸ ਜੂਰਿਸਡਿਕਸ਼ਨ ਜਿਹੜੀ ਹੈ ਉਹ ਕੇਵਲ ਅਤੇ ਕੇਵਲ ਪੰਜਾਬ ਤੱਕ ਹੈ। ਪੰਜਾਬ 1947 ਜੋ ਸੀਗਾ ਉਹਦੀ ਤਕਰੀਬਨ ਦੀ ਜੂਰਿਸਡਿਕਸ਼ਨ ਸੀਗੀ। 1947 ਤੋਂ ਬਾਅਦ ਜੋ ਪੰਜਾਬ ਬਣ ਗਿਆ, ਪਾਕਿਸਤਾਨ ਚਲ ਬਣ ਗਿਆ, ਅੱਧਾ ਪੰਜਾਬ ਉੱਧਰ ਚਲਾ ਗਿਆ, ਅੱਧਾ ਇੱਧਰ ਆ ਗਿਆ, ਤਾਂ ਉਸ ਵਕਤ ਇਹਨਾਂ ਦੀ ਜੂਰਿਸਡਿਕਸ਼ਨ ਜਿਹੜੀ ਸੀ ਉਹ SCPCT ਬਿਆਂਡ ਵਾਹਗਾ ਬਾਰਡਰ ਉਹਨਾਂ ਦੀ ਜੂਰਿਸਡਿਕਸ਼ਨ ਖਤਮ ਹੋ ਗਈ ਸੀ। ਹਰਿਆਣੇ ਦੇ ਵਿੱਚ ਮੰਗ ਉੱਠੀ ਜਦੋਂ ਹੁੱਡਾ ਸਾਹਿਬ ਦੀ ਸਰਕਾਰ July 2014 ਕੈਥਲ ਦੇ ਇੱਕ ਵੱਡੀ ਰੈਲੀ, ਉਸ ਤੋਂ ਬਾਅਦ ਉਹ ਮਤਾ ਐਕਟ ਦੇ ਤੌਰ 'ਤੇ ਆਇਆ ਔਰ ਉਹ ਪਾਸ ਵੀ ਹੋਇਆ ਵਿਧਾਨ ਸਭਾ ਦੇ ਵਿੱਚ। ਕਿਉਂ ਬਾਕੀ ਸੂਬਿਆਂ ਦੇ ਵਿੱਚ ਜੋ ਇਤਿਹਾਸਿਕ ਗੁਰਦੁਆਰੇ ਨੇ, ਯੂਪੀ ਦੇ ਵਿੱਚ ਬਹੁਤ ਸਾਰੇ ਨੇ, ਰਾਜਸਥਾਨ ਦੇ ਵਿੱਚ ਹੈਗੇ, ਉੱਤਰਾਖੰਡ ਦੇ ਵਿੱਚ ਹੈਗੇ, ਉੱਥੇ ਕਿਉਂ ਨਹੀਂ ਮੰਗ ਉੱਠਦੀ? ਦੇਖੋ, ਇਟ ਇਜ਼ ਅ ਮੈਟਰ ਆਫ ਕੌਨਸ਼ੀਅਸਨੈਸ, ਚੇਤਨਤਾ ਦੀ ਗੱਲ ਹੈ। ਮੈਂ ਤੁਸੀਂ ਇਹ ਗੱਲ ਪੁੱਛੀਏ, ਮੈਂ ਤੁਹਾਨੂੰ ਇਹ ਗੱਲ ਦੱਸਦਾਂ, ਕੋਈ ਬੰਦਾ ਕਾਨੂੰਨ ਪੜ੍ਹਦਾ, ਐਕਟ ਪੜ੍ਹਦਾ, ਕਾਨਸਟੀਟਿਊਸ਼ਨ ਪੜ੍ਹਦਾ, ਕਿਸੇ ਨੇ ਪੰਜਾਬ ਰੀਆਰਗਨਾਈਜੇਸ਼ਨ ਐਕਟ 1966 ਪੜ੍ਹਿਆ? ਕਿਸੇ ਨੂੰ ਪੜ੍ਹਿਆ? ਕਿਸੇ ਨੂੰ ਇਸ ਗੱਲ ਦੀ ਕੋਈ ਸਮਝ ਨਹੀਂ ਸੀਗੀ? ਸਾਡੇ ਸਾਰੇ ਦੇ ਸਾਰੇ ਹਰਿਆਣੇ ਵਿੱਚ ਕਿਸੇ ਨੂੰ ਵੀ 1998 ਤੱਕ ਕਿਸੇ ਨੂੰ ਕੋਈ ਇਸ ਗੱਲ ਦਾ ਪਤਾ ਨਹੀਂ ਸੀਗਾ। ਮੈਂ 1997 ਦੇ ਵਿੱਚ ਪਟਿਆਲਾ ਪੰਜਾਬੀ ਯੂਨੀਵਰਸਿਟੀ 'ਚੋਂ ਰਿਟਾਇਰ ਹੋ ਕੇ ਮੈਂ ਆਪਣੇ ਪਿੰਡ ਨਲਵੀ, ਆਪਣੇ ਕੁਰੂਕਸ਼ੇਤਰ ਆ ਕੇ ਸੈਟਲ ਹੋ ਗਿਆ, ਤਾਂ ਉੱਥੇ ਮੈਂ ਮਹਿਸੂਸ ਕੀਤਾ ਕਿ ਪੰਜਾਬ ਦੇ ਵਿੱਚ ਸਿੱਖਾਂ ਦੀ ਸੋਸ਼ਲ ਪੋਲੀਟੀਕਲ ਹੈਸੀਅਤ ਹੋਰ ਹੈ, ਹਰਿਆਣੇ ਦੇ ਵਿੱਚ ਹੋਰ ਹੈ, ਪਰ ਹਰਿਆਣੇ ਦੇ ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਹੈਗਾ ਕਿ ਵੀ ਸਾਡੀ ਇੱਥੇ ਕੀ ਪੋਜੀਸ਼ਨ ਹੈ, ਇੱਥੇ ਦੀ ਉਹਨਾਂ ਦੀ ਪੋਜੀਸ਼ਨ 'ਚ ਬਹੁਤ ਵੱਡਾ ਫਰਕ ਹੈ। ਇਸ ਗੱਲ ਨੂੰ ਮੈਂ ਆਪਣੇ ਚਿੰਤਨ ਦਾ ਵਿਸ਼ਾ ਬਣਾ ਲਿਆ ਵੀ ਇਸ ਗੱਲ ਦਾ ਕਾਰਨ ਕੀ ਹੈ, ਤਾਂ ਮੈਂ ਆਪਣੇ ਮਨ ਦੇ ਵਿੱਚ ਸਭ ਕੁਐਸਚਨਸ ਮਾਇੰਡ ਵਿੱਚ ਸੋਚਦਾ ਰਿਹਾ, ਮੇਰੇ ਮਨ ਦੇ ਵਿੱਚ ਗੱਲਾਂ ਇਹ ਆਈ ਜਾਣ ਅਤੇ ਟੈਂਦੀਆਂ ਹੀ ਰਹਿਣ ਕਿ ਵੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹ ਵੀ 1971 'ਚ ਬਣੀ, 1971 'ਚ ਬਣੀ, ਪਰ ਮੈਂ ਗੱਲ 1998 ਦੀ ਕਰਨਾ ਪਿਆ ਕਿ ਵੀ ਉੱਥੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਅਤੇ ਦਿੱਲੀ ਦੇ ਵਿੱਚ 9 ਲੱਖ ਸਿੱਖ ਹੈ ਅਤੇ 9 ਲੱਖ ਸਿੱਖ ਜਿਹੜੇ ਨੇ ਉਹ ਦਿੱਲੀ ਦੇ ਵਿੱਚ ਮੈਟਰ ਕਰਦੇ ਨੇ। ਉਹ ਕੋਈ ਵੀ ਸਰਕਾਰ ਹੋਵੇ, ਇੰਦਰਾ ਗਾਂਧੀ ਦੀ ਹੋਵੇ, ਸੋਨੀਆ ਗਾਂਧੀ ਦੀ ਹੋਵੇ, ਚੰਦਰ ਸ਼ੇਖਰ ਦੀ ਹੋਵੇ, ਇੰਦਰ ਕੁਮਾਰ ਗੁਜਰਾਲ ਦੀ ਹੋਵੇ, ਦੇ ਹੈਵ ਏ ਸੇ, ਉਹਨਾਂ ਲੋੜ ਪੈਂਦੀ ਉਹ ਆਪਣਾ ਕੰਮ ਕਰਾ ਲੈਂਦੇ ਨੇ। ਅਤੇ ਇੱਥੇ ਜਿਹੜੇ ਹਰਿਆਣੇ ਦੇ ਸਿੱਖ ਨੇ ਇਹਨਾਂ ਨੂੰ ਤਾਂ ਤਹਿਸੀਲਦਾਰ ਨਹੀਂ ਪੁੱਛਦਾ, ਮੁੱਖ ਮੰਤਰੀ ਨੇ ਤਾਂ ਜਾਂ ਕਿਸੇ ਹੋਰ ਨੇ ਕੀ ਪਛਾਣਨਾ, ਤਾਂ ਇਹਦਾ ਕਾਰਨ ਕੀ ਹੈ? ਮੈਂ ਫਿਰ ਆਪਣੇ ਆਪ ਹੀ ਇਸ ਗੱਲ ਦੇ ਨਤੀਜੇ ਉੱਤੇ ਪਹੁੰਚਿਆ ਕਿ ਵੀ ਪੰਜਾਬ ਦੇ ਵਿੱਚ SCPC ਹੈ ਅਤੇ ਪੰਜਾਬ ਦਾ ਜਿਹੜਾ ਵੀ ਮੁੱਖ ਮੰਤਰੀ ਬਣੇਗਾ ਉਹ ਪੰਜਾਬ ਦੀ SCPC ਦੇ ਪ੍ਰਧਾਨ ਦੇ ਗੋਡੀ ਪੈਰੀ ਹੱਥ ਲਾ ਕੇ ਰਾਜ ਕਰ ਸਕੇਗਾ, ਅਦਰਵਾਈਜ਼ ਰਾਜ ਨਹੀਂ ਕਰ ਸਕਦਾ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਨੇ ਉਹਨਾਂ ਨੇ ਆਪਣੀਆਂ ਐਜੂਕੇਸ਼ਨ ਇੰਸਟੀਟਿਊਸ਼ਨਸ ਖੋਲ੍ਹ ਕੇ ਅਤੇ ਆਪਣੇ ਬੱਚਿਆਂ ਨੂੰ ਪੜ੍ਹਾ ਪੜ੍ਹਾ ਕੇ ਅਤੇ ਅਮਰੀਕਾ 'ਤੇ ਕਿਤੇ ਦੇ ਕਿਤੇ ਭੇਜ ਦਿੱਤਾ ਹੈ, ਜਿਹੜੇ ਕਿ 1971 ਤੋਂ ਪਹਿਲਾਂ ਉਹਨਾਂ ਦੇ ਮਾਂ ਪਿਓ ਛੋਲੇ ਵੇਚਦੇ ਸਨ, ਕੁਝ ਨਿੱਕੇ ਨਿੱਕੇ ਰੇਹੜੀਆਂ ਲਾਉਂਦੇ ਸਨ, ਉਹੀ ਗੱਲ ਕਰਨਾ ਪਿਆ, ਹਾਂਜੀ, ਉਹਨਾਂ ਦੀ ਇਹ ਪੋਜੀਸ਼ਨ ਸੀਗੀ। ਪਰ ਜਿਸ ਵਕਤ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ, ਇਹਨਾਂ ਨੇ ਆਪਣੇ ਫੰਡਸ ਦੇ ਇੰਸਟੀਟਿਊਸ਼ਨ ਖੋਲ੍ਹੀਆਂ,
ਉਹਨਾਂ ਨੂੰ ਮਨਾਰਟੀ ਸਟੇਟਸ ਦੇ ਰਾਹੀਂ ਦਾਖਲੇ ਮਿਲੇ। ਉਹ ਪੜ੍ਹ ਕੇ ਕੋਈ ਡਾਕਟਰ ਬਣ ਗਿਆ, ਕੋਈ ਅਮਰੀਕਾ ਚਲੇ ਗਿਆ, ਕੋਈ ਜਰਨੈਲ ਬਣ ਗਿਆ, ਕੋਈ ਪ੍ਰੋਫੈਸਰ ਬਣ ਗਿਆ, ਕੁਛ ਬਣ ਗਿਆ, ਕੋਈ ਕੁਛ ਬਣ ਗਿਆ। ਉਹਨਾਂ ਦੀ ਇਕਨੋਮਿਕ ਪੋਜੀਸ਼ਨ ਵੀ ਅਤੇ ਪੋਲੀਟੀਕਲ ਪੋਜੀਸ਼ਨ ਵੀ, ਜਿਹੜਾ ਵੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੁੰਦਾ ਸੀਗਾ, ਜਿਵੇਂ ਜਥੇਦਾਰ ਸੰਤੋਖ ਸਿੰਘ ਸੀਗਾ, ਹੀ ਵਾਜ਼ ਦੀ ਰਾਈਟ ਹੈਂਡ ਮੈਨ ਆਫ ਇੰਦਰਾ ਗਾਂਧੀ। ਬਿਕਾਜ਼ ਆਫ ਦਿਸ ਪਾਵਰ ਵੀ ਬੀਂਗ ਹੈੱਡ ਆਫ ਦੀ ਕਾਨਸਟੀਟਿਊਸ਼ਨਲ ਬਾਡੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤਾਂ ਸਾਡੀ ਅਸੀਂ ਪੰਜਾਬ ਤੋਂ ਬਾਅਦ ਹਿੰਦੁਸਤਾਨ ਦੇ ਵਿੱਚ ਸਭ ਤੋਂ ਵੱਧ ਗਿਣਤੀ ਹਰਿਆਣੇ ਦੇ ਵਿੱਚ ਸਿੱਖਾਂ ਦੀ ਹੈ, ਅਤੇ ਇੱਥੇ ਸਿੱਖ ਜੀਤੀ ਵਾਂਗੂ ਫਿਰਦੇ ਨੇ। ਇਸ ਗੱਲ ਦਾ ਕਾਰਨ ਕੀ ਹੈ? ਤਾਂ ਮੈਂ ਇਸ ਸਾਰੀ ਗੱਲਬਾਤ 'ਤੇ ਸੋਚ ਵਿਚਾਰ ਕਰਨ ਤੋਂ ਬਾਅਦ ਮੈਂ ਇਸ ਗੱਲ ਦੇ ਨਤੀਜੇ ਉੱਤੇ ਪਹੁੰਚਿਆ ਕਿ ਵੀ ਇੱਥੇ ਜੇ ਸਾਡੀ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਤਾਂ ਸਾਡੀ ਵੀ ਇੱਥੇ ਪੁੱਛ ਪ੍ਰਤੀਤ ਹੋਵੇ। ਪਰ ਉਹਦੇ ਪਿੱਛੇ ਦੀ ਵਜ੍ਹਾ ਕੀ? ਫਿਰ ਮੈਂ ਇਸ ਗੱਲ ਨੂੰ ਸੋਚ ਕੇ ਵਿਚਾਰ ਕਰਕੇ ਮੈਂ ਫਿਰ ਦਸੰਬਰ 2000 ਵਿੱਚ ਆਈ ਸਟਾਰਟਡ ਦਿਸ ਮੂਵਮੈਂਟ। ਓਕੇ, ਅਤੇ ਬਸ ਇਕੱਲਿਆ ਘਰੋਂ ਸ਼ੁਰੂ ਚੱਲਿਆ ਸਾਂ, ਕੋਈ ਇੱਕ ਵੀ ਨਾਲ ਨਹੀਂ ਸੀ ਚੱਲਦਾ। ਸਮਾਂ ਆਇਆ, ਚੱਲਦੇ ਰਹੇ, ਕਾਰਵਾਂ ਵੱਧ ਗਿਆ, ਅਤੇ ਅਸੀਂ ਡਾਕਟਰ ਮਨਮੋਹਨ ਸਿੰਘ ਨੂੰ, ਸੋਨੀਆ ਗਾਂਧੀ ਨੂੰ, ਬਾਦਲ ਸਾਹਿਬ ਨੂੰ, ਸਾਰੇ MPs ਨੂੰ, ਮੁੱਖ ਮੰਤਰੀ ਹਰਿਆਣੇ ਨੂੰ ਅਸੀਂ ਮਿਲਦੇ ਰਹੇ। ਪੰਜਾਬ ਦੀ ਹੈ ਕਿ ਐਕਟ 1966 ਦਾ ਸੈਕਸ਼ਨ 72 ਰਹਿ ਕੇ ਉਹਨਾਂ ਨੂੰ ਕਨਵਿੰਸ ਕਰਦੇ ਰਹੇ ਵੀ ਦੱਸੋ ਜੇ ਅਸੀਂ ਗਲਤ ਤਾਂ ਦੱਸੋ। ਅਸੀਂ ਹਰਿਆਣੇ ਦੇ ਸਾਰੇ MLAs, ਕਿਉਂਕਿ 36 ਹਲਕੇ ਐਸੇ ਨੇ ਹਰਿਆਣੇ ਦੇ ਵਿੱਚ ਜਿੱਥੇ ਸਿੱਖ ਜਿੱਧਰ ਹੋਣ, ਜਿੱਧਰ ਵੋਟ ਪਾਉਣ, ਉਹ MLA ਜਿੱਤਦਾ, ਜਿੱਦਾਂ ਕੋਈ ਜਿੱਤਦਾ। ਅਸੀਂ ਉਹਨਾਂ ਨੂੰ ਮਜਬੂਰ ਕਰ ਦਿੱਤਾ ਬਈ ਜਾਂ ਸਾਨੂੰ ਹਾਂ ਕਰੋ ਜਾਂ ਨਾ ਕਰੋ, ਵੀ ਤੁਸੀਂ ਸਾਡੀ ਵੱਖਰੀ ਕਮੇਟੀ ਦੇ ਹੱਕ ਵਿੱਚ ਹੋ ਜਾਂ ਬਰਖਲਾਫ 'ਚ। ਜਿਸ ਵਕਤ ਉਹਨਾਂ ਮਜਬੂਰ ਹੋ ਗਿਆ ਤਾਂ ਉਹਨਾਂ ਨੇ ਆਪਣੀਆਂ ਪਾਰਟੀਆਂ ਦੇ ਹੈਡਸ ਨੂੰ ਪ੍ਰੈਸ਼ਰ ਪਾਇਆ ਕਿ ਵੀ ਭਾਈ ਇਹਨਾਂ ਦੀ ਮੰਗ ਮੰਨੋ, ਤਾਂ ਸਾਡੀ ਮੰਗ ਮੰਨੇਗੀ, ਵੱਖਰੀ ਕਮੇਟੀ ਬਣ ਗਈ। ਇਹ ਵੱਖਰੀ ਕਮੇਟੀ ਬਣਨੀ ਇਹ ਸਾਡਾ ਹੱਕ ਹੈ, ਔਰ ਮੈਨੂੰ ਇਸ ਗੱਲ ਦਾ ਬਹੁਤ ਅਫਸੋਸ ਹੈ। ਮੈਂ ਤੁਹਾਡੇ ਚੈਨਲ ਦੇ ਰਾਹੀਂ ਇਹ ਗੱਲ ਕਹਿਣੀ ਚਾਹਾਂਗਾ ਕਿ ਪੰਥ ਇਕੱਲਾ ਮੌਜੂਦਾ ਪੰਜਾਬ 'ਚ ਨਹੀਂ ਰਹਿੰਦਾ, ਇਹ ਗੁਰਦੁਆਰੇ ਸਿੱਖਾਂ ਦੇ, ਗੁਰੂ ਨਾਨਕ ਸਾਹਿਬ ਤੋਂ ਲੱਗ ਕੇ 10ਵੀਂ ਪਾਤਸ਼ਾਹੀ ਤੱਕ ਉਹਨਾਂ ਦੀ ਯਾਦ ਵਿੱਚ ਬਣੇ ਹੋਏ ਗੁਰਦੁਆਰੇ। ਜੇ 10ਵੇਂ ਪਾਤਸ਼ਾਹ ਉਹਨਾਂ ਦੇ ਵੀ ਗੁਰੂ ਨੇ ਤਾਂ ਸਾਡੇ ਵੀ ਗੁਰੂ ਨੇ। ਜੇ ਉਹਨਾਂ ਦਾ ਹੱਕ ਬਣਦਾ ਕਿ ਉਹਨਾਂ ਦੀ ਵਿਰਾਸਤ ਦਾ ਪ੍ਰਬੰਧ ਕਰਦਾ, ਤਾਂ ਸਾਡਾ ਵੀ ਹੱਕ ਬਣਦਾ। ਇਹ ਨਜਾਇਜ਼ ਧੱਕਾ ਹੈ, ਬਿੱਲ ਤੇ ਕੋਲ ਟੌੜਾ ਸਾਹਿਬ ਤੋਂ ਸ਼ੁਰੂ ਕਰਕੇ ਬਾਦਲ ਸਾਹਿਬ ਨਾਲ ਵੀ 4 ਮੀਟਿੰਗਾਂ ਹੋਈਆਂ ਨੇ, ਬੜੀਆਂ ਇਤਿਹਾਸਕ ਮੀਟਿੰਗਾਂ ਹੋਈਆਂ ਨੇ। ਉਹਨਾਂ ਨੇ ਸਾਨੂੰ ਆਫਰ ਕੀਤਾ ਕਿ ਅਸੀਂ ਤੁਹਾਨੂੰ ਆਟੋਨਮਸ ਬਾਡੀ ਦੇ ਦਿੰਦੇ ਹਾਂ, ਤੁਸੀਂ ਵੱਖਰੀ ਕਮੇਟੀ ਨਾ ਮੰਗੋ, ਅਤੇ ਤੁਹਾਡਾ ਤੁਸੀਂ ਆਪਣਾ ਵੱਖਰਾ ਬਜਟ ਬਣਾਓ, ਸਾਰਾ ਸਭ ਕੁਛ ਕਰੋ, ਜੋ ਮਰਜ਼ੀ ਕਰੋ, ਅਸੀਂ ਤੁਹਾਡਾ ਵਰਗ ਚਾਹੀਦਾ ਸੀ, ਅਸੀਂ ਤੁਹਾਡਾ ਬਜਟ ਫੋਲਦੇ ਵੀ ਨਹੀਂ, ਅਤੇ ਅਸੀਂ ਸਿਰਫ ਪਹਿਲੇ ਪੰਨੇ ਉੱਤੇ ਮੋਹਰ ਲਾ ਦੇਈਏ ਕਿ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਪਾਸ ਕੀਤਾ ਗਿਆ। ਤੁਸੀਂ ਆਪਣਾ ਤੁਹਾਡੇ ਪੈਸੇ ਤੁਸੀਂ ਖਰਚ ਕਰੋ, ਤੁਸੀਂ ਮੁਲਾਜ਼ਮ ਰੱਖੋ, ਤੁਸੀਂ ਕੁਛ ਕਰੋ, ਕੁਛ ਨਾ ਕਰੋ, ਸਾਡਾ ਕੋਈ ਸੰਬੰਧ ਨਹੀਂਗਾ ਕਿਸੇ ਵੀ ਕਿਸਮ ਦਾ। ਤਾਂ ਇਸ ਗੱਲ ਵਾਸਤੇ 15 ਦਿਨ ਬਾਅਦੋਂ ਸਾਡੇ ਨਾਲ ਮੁਲਾਕਾਤ ਕਰਕੇ, ਐਗਰੀਮੈਂਟ ਕਰਕੇ 15 ਦਿਨ ਬਾਅਦੋਂ ਬਾਦਲ ਸਾਹਿਬ ਦੇ ਕਹਿਣ ਉੱਤੇ ਸਪੈਸ਼ਲ ਸੈਸ਼ਨ ਬਣਾਇਆ ਗਿਆ SCPC ਦਾ, ਅਤੇ ਸਪੈਸ਼ਲ ਸੈਸ਼ਨ ਸ਼ੁਰੂ ਹੋਇਆ, ਅਤੇ ਉੱਥੇ ਜਿਹੜਾ ਵੀ ਸਪੀਕਰ ਉੱਠੇ ਇੱਕ ਸੋਚੀ ਸਮਝੀ ਸਕੀਮ ਦੇ ਤਹਿਤ, ਹਰਿਆਣੇ ਦੇ ਸਿੱਖ ਕਾਂਗਰਸੀ ਨੇ, ਹਰਿਆਣੇ ਦੇ ਸਿੱਖ ਗੱਦਾਰ ਨੇ। ਕਦੋਂ ਦੀ ਗੱਲ ਹੈ, ਕਿਹੜੇ ਸਾਲ ਦੀ? ਇਹ 2014 ਤੋਂ 3 ਕੁ ਸਾਲ ਪਹਿਲਾਂ ਦੀ ਗੱਲ ਹੈ, 2011 ਜਦੋਂ ਹੁੱਡਾ ਸਰਕਾਰ ਇੱਥੇ ਸੀ ਹਰਿਆਣੇ 'ਚ। ਹਾਂਜੀ, ਤਾਂ ਇਹ ਗੱਦਾਰ ਨੇ, ਇਹ ਉਹ ਹੈ ਜਿਸ ਐਂਡ ਦੈਟ, ਇਸ ਕਿਸਮ ਦੀਆਂ ਗੱਲਾਂ ਗੁੱਲਾਂ ਉਹ ਕਰਦੇ ਸਨ। ਅਸੀਂ ਆਪਣੀ ਬੇਇੱਜ਼ਤੀ ਕਰਾ ਕੇ ਘਰ ਆ ਗਏ, ਉਹਨੇ ਸਾਨੂੰ ਹੋਰ ਸ਼ਕਤੀ ਬਖਸ਼ੀ, ਤਾਕਤ ਬਖਸ਼ੀ ਕਿ ਹੁਣ ਹੋਰ ਸ਼ਕਤੀ ਨਾਲ ਲੜੋ, ਤਾਂ ਅਸੀਂ ਫਿਰ ਦੇਰ ਰਾਤ ਇਹ ਕਰ ਦਿੱਤਾ, ਅਤੇ ਅਸੀਂ ਡਾਕਟਰ ਮਨਮੋਹਨ ਸਿੰਘ ਨੂੰ ਮਜਬੂਰ ਕੀਤਾ, ਪਰ ਡਾਕਟਰ ਮਨਮੋਹਨ ਸਿੰਘ ਤਾਂ ਰਹਿ ਗਿਆ ਅਨਕ੍ਰਿਟੀਕਲ, ਉਹਨਾਂ ਦੀ ਕੋਈ ਅਨਕਮਿਟਡ ਰਹੇ। ਸੋਨੀਆ ਗਾਂਧੀ ਕੋਲ ਅਸੀਂ ਗੱਲ ਦੀ ਕਮਿਟਮੈਂਟ ਰਹੀ ਕਿ ਬਈ ਤੁਸੀਂ ਪੰਜਾਬ ਦੇ ਸਿੱਖਾਂ ਨਾਲ ਕੀ ਵਰਤਣਾ ਕੀ ਨਹੀਂ ਵਰਤਣਾ, ਸਾਡਾ ਇਸ ਗੱਲ ਦਾ ਕੋਈ ਸੰਬੰਧ ਨਹੀਂ, ਸਾਡੀ ਵੱਖਰੀ ਸਟੇਟ, ਤੁਸੀਂ ਸਾਡੇ ਨਾਲ ਕੀ ਵਰਤਣਾ, ਜੇ ਤੁਸੀਂ ਸਾਡੇ ਨਾਲ ਠੀਕ ਨਹੀਂ ਵਰਤਣਾ ਤਾਂ ਹੋਰ ਪੋਲੀਟੀਕਲ ਪਾਰਟੀਜ਼ ਹੈਗੀਆਂ, ਅਸੀਂ ਉਹਨਾਂ ਨਾਲ ਰਾਬਤਾ ਕਾਇਮ ਕਰਾਂਗੇ। ਇਸ ਕਿਸਮ ਦੀਆਂ ਪੋਲੀਟੀਕਲ ਗੱਲਾਂ ਦੀ ਮੰਗਾਉਣ ਵਾਸਤੇ ਇੱਕ ਪੋਲੀਟੀਕਲ ਹਥਿਆਰ ਵਰਤਣੇ ਪੈਂਦੇ ਨੇ,
ਇਹਨਾਂ ਗੱਲਾਂ ਦਾ ਹਰ ਬੰਦੇ ਨੂੰ ਨਹੀਂ ਸੀ ਸਮਝ। ਇਹਨਾਂ ਗੱਲਾਂ ਨੂੰ ਲੈ ਕੇ ਮੈਂ ਪੋਲਾਈਟਲੀ ਚੱਲਿਆ, ਬਿਨਾਂ ਰੌਲਾ ਰੱਪਾ ਪਾਏ ਚੱਲਿਆ, ਇਮਾਨਦਾਰੀ ਨਾਲ ਚੱਲਿਆ। ਪਰ ਜਿਵੇਂ ਆਪਾਂ ਵਨ ਟੂ ਵਨ ਬੈਠੇ ਹਾਂ, ਇਸੇ ਤਰ੍ਹਾਂ ਵਨ ਟੂ ਵਨ ਬੈਠ ਕੇ ਅਸੀਂ ਆਰਗੂਮੈਂਟ ਨਾਲ ਹਰ ਬੰਦੇ ਨੂੰ ਕਨਵਿੰਸ ਕੀਤਾ ਹੈ ਕਿ ਯੂ ਆਰ ਰਾਈਟ। ਸਾਨੂੰ ਚਾਹੇ ਹਰਿਆਣੇ ਦੀ ਵੀ ਕੋਈ ਸਰਕਾਰ ਜਾਂ ਕੋਈ ਪੋਲੀਟੀਕਲ ਪਾਰਟੀ ਨਹੀਂ ਸੀ ਚਾਹੁੰਦੀ ਕਿ ਸਿੱਖ ਉਹ ਆਪਣੀ ਹੋਂਦ ਵਿੱਚ ਆਉਣ। ਸਾਨੂੰ ਇੱਥੇ ਇਸ ਗੱਲ ਦਾ ਬਹੁਤ ਸਖ਼ਤ ਅਫਸੋਸ ਹੈ ਕਿ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ, ਚਾਹੇ ਟੌੜਾ ਸਾਹਿਬ ਤੋਂ ਲੱਗ ਕੇ ਬੀਬੀ ਜਗੀਰ ਕੌਰ ਤੋਂ ਲੱਗ ਕੇ ਅੱਜ ਤੱਕ ਦੇ ਪ੍ਰਧਾਨ ਲੌਂਗੋਵਾਲ ਸਾਹਿਬ ਨੇ, ਕਿਸੇ ਨੇ ਇਹ ਨਹੀਂ ਸਮਝਿਆ ਕਿ ਸਿੱਖ ਹੋਣ ਦੇ ਨਾਤੇ ਇੱਕ ਸਿੱਖ ਦਾ ਜਿਹੜਾ ਇਨਪਾਵਰ ਹੈ ਇੱਕ ਫਰਜ਼ ਕੀ ਬਣਦਾ ਹੈ। ਉਹ ਇੱਕ ਆਮ ਕਹਾਵਤ ਹੈ ਸਿੱਖਾਂ ਦੇ ਵਿੱਚ ਕਿ ਜੇ ਸਿੱਖ ਸਿੱਖ ਨੂੰ ਨਾ ਮਾਰੇ ਇਹ ਕੌਮ ਕਦੀ ਨਾ ਹਾਰੇ। ਹਾਂਜੀ, ਪਰ ਇਸ ਕੌਮ ਵਿੱਚ ਗੁਰੂ ਗੋਬਿੰਦ ਸਿੰਘ ਸਪਿਰਿਟ ਹੈ, ਇਹ ਪੰਜਾਬ ਵਾਲੇ ਹਾਰ ਜਾਣਗੇ, ਹਰਿਆਣੇ ਵਾਲੇ ਨਹੀਂ ਮਾਰਨੇ। ਇੱਕ ਸਮਝ ਨਹੀਂ ਚੱਲ ਰਿਹਾ ਨਲਵੀ ਸਾਹਿਬ, ਤੁਸੀਂ ਕਹਿ ਰਹੇ ਹੋ ਕਿ ਪੰਜਾਬ ਵਾਲੇ ਹਾਰ ਜਾਣਗੇ, ਅੱਜ ਹਾਲਾਤ ਕੀ ਬਣੇ ਹੋਏ ਨੇ? SGPC ਉੱਥੇ ਗੁਰੂ ਘਰਾਂ ਦੀ ਸਾਂਭ ਸੰਭਾਲ ਕਰ ਰਹੀ ਹੈ, ਕਿੱਥੇ? ਹਰਿਆਣੇ ਦੇ ਵਿੱਚ। ਕੀ ਕੀ ਵਾਟ ਦੀ SGPC ਦੇ ਮੁਲਾਜ਼ਮ SGPC ਨੇ ਕੀ ਕੀਤਾ ਮੈਨੂੰ ਦੱਸ ਸਮਝਾਓ। ਸੁਣੋ, ਮੇਰੀ ਗੱਲ ਸੁਣ ਲਓ, ਸੁਣ ਲਓ। ਇਸੇ ਗੱਲ ਦੀ ਵਜ੍ਹਾ ਕਰਕੇ ਸਾਡਾ ਉਹ ਸੀਗਾ ਕਿ 1925 ਤੋਂ ਲੱਗ ਕੇ ਘੱਗਰ ਪਾਰ ਤੋਂ ਦੇ ਇਲਾਕੇ ਨਾਲ ਜਦੋਂ ਇਹ ਸਾਂਝਾ ਪੰਜਾਬ ਸੀਗਾ, ਉਸ ਵਕਤ ਤੋਂ ਲੱਗ ਕੇ SGPC ਜਿਹੜੀ ਹੈ ਉਹ ਇਸ ਪਾਸੇ ਦੇ ਇਲਾਕੇ ਦੇ ਗੁਰਦੁਆਰਿਆਂ ਨਾਲ ਸਿੱਖਾਂ ਨਾਲ ਡਿਸਕ੍ਰੀਮੀਨੇਸ਼ਨ ਕਰਦੀ ਰਹੀ। ਕਿਸ ਤਰ੍ਹਾਂ ਦਾ? ਨੋ ਸਕੂਲ, ਕੋਈ ਸਕੂਲ ਨਹੀਂ, ਕੋਈ ਕਾਲਜ ਨਹੀਂ, ਕੋਈ ਹਸਪਤਾਲ ਨਹੀਂ, ਕੋਈ ਗੁਰਦੁਆਰਾ ਜਿਹੜਾ 6ਵੇਂ ਪਾਤਸ਼ਾਹੀ ਗੁਰਦੁਆਰਾ ਹੈ, ਜਿਹੜਾ ਆਪਣਾ ਇੱਥੋਂ ਦਾ ਮੰਜੀ ਸਾਹਿਬ ਗੁਰਦੁਆਰਾ ਅੰਬਾਲੇ ਸ਼ਹਿਰ ਦਾ, ਜਿੰਨੇ ਵੀ ਗੁਰਦੁਆਰੇ ਨੇ ਇਹਨਾਂ ਦਾ ਤੁਸੀਂ ਇਤਿਹਾਸ ਕੱਢ ਕੇ ਵੇਖੋ ਕਿ ਵੀ ਇਹ 1925 ਤੋਂ ਲੱਗ ਕੇ 1947 ਤੱਕ ਉਹ ਬਣਿਆ ਸੀਗਾ, ਕਿਸੇ ਦੇਟ ਲੱਗੀ ਸੀ 1947 ਤੋਂ ਲੱਗ ਕੇ 1966 ਤੱਕ ਵਿਚਕਾਰ ਦੇ ਸਮੇਂ ਦੇ ਵਿੱਚ ਜੇ ਬਣਾਇਆ ਤਾਂ ਉੱਥੋਂ ਦੀ ਸੰਗਤਾਂ ਨੇ ਬਣਾਇਆ, ਆਪਣੇ ਸਿਰ 'ਤੇ ਟੋਕਰੀਆਂ ਚੁੱਕ ਕੇ ਬਣਾਇਆ, ਆਪਣੇ ਪੈਸਿਆਂ ਨਾਲ ਬਣਾਇਆ। ਜੇ ਆਪਣੇ ਕਾਰ ਸੇਵਾ ਵਾਲਿਆਂ ਨੇ ਬਣਾਇਆ ਤਾਂ ਉਹਨਾਂ ਨੂੰ ਬੋਰੀਆਂ ਕਣਕਾਂ ਦੀਆਂ ਕਪੂਰਥਲੇ ਨਹੀਂ ਗਈਆਂ, ਬਾਦਲ ਪਿੰਡ 'ਚ ਨਹੀਂ ਗਈਆਂ, ਬੀਬੀ ਜਗੀਰ ਕੌਰ ਦੀ ਬੇਗੋਵਾਲ ਤੋਂ ਨਹੀਂ ਗਈਆਂ, ਟੌੜਾ ਸਾਹਿਬ ਦੇ ਪਿੰਡ ਤੋਂ ਨਹੀਂ ਗਈਆਂ, ਉਹ ਮੇਰੇ ਪਿੰਡ ਦੇ ਲੋਕਾਂ ਨੇ ਦਿੱਤੀਆਂ ਨੇ। ਉਹ ਸਾਡੀ ਹੱਕ ਹਲਾਲ ਦੀ ਕਮਾਈ ਨਾਲ ਬਣੇ ਨੇ, ਤਾਂ ਉਹਨਾਂ ਦਾ ਹੱਕ ਇਹ ਕਦੀ ਨਹੀਂ ਹੋ ਸਕਦਾ। ਮੈਂ ਡਾਕਟਰ ਮਨਮੋਹਨ ਸਿੰਘ ਨੇ ਇਹੀ ਗੱਲ ਕਹੀ ਸੀ ਜਦੋਂ ਮੈਂ ਕਿਹਾ ਵੀ ਸਾਨੂੰ ਕਮੇਟੀ ਚਾਹੀਦੀ ਹੈ, ਉਹ ਕਹਿੰਦਾ ਲੇਕਿਨ ਪੰਜਾਬ ਵਾਲੇ ਤਾਂ ਇਸ ਪਰ ਇਤਰਾਜ਼ ਕਰਦੇ ਆ। ਮੈਂ ਕਿਹਾ ਜੀ ਡਾਕਟਰ ਸਾਹਿਬ, ਪੰਜਾਬ ਵਾਲਿਆਂ ਦਾ ਉੱਥੇ ਕੋਈ ਹੱਕ ਨਹੀਂ ਗਾ, ਇਹ ਸਿੱਖ ਸਿਸਟਮ ਹੈ ਕਿ ਬਈ ਮੇਰੇ ਪਿੰਡ ਦੇ ਗੁਰਦੁਆਰੇ ਦਾ, ਰਜੌਰੀ ਦੇ ਗੁਰਦੁਆਰੇ ਦਾ ਪ੍ਰਬੰਧ ਰਜੌਰੀ ਦੇ ਸਿੱਖ ਸੰਗਤ ਨੇ ਕਰਨਾ ਹੈ। ਪਹਾੜ ਗਾਈਂ ਦੀ ਸਿੱਖ ਸੰਗਤ ਨਾ ਉੱਥੋਂ ਦਾ ਪ੍ਰਬੰਧ ਕਰ ਸਕਦੀ ਹੈ ਅਤੇ ਨਾ ਉੱਥੋਂ ਜਾ ਕੇ ਗੋਲਕ ਲਿਜਾ ਸਕਦੀ ਹੈ। ਐਬਸੋਲੂਟਲੀ ਰਾਈਟ। ਹਾਂਜੀ, ਇਹ ਸਿੱਖ ਸਿਸਟਮ ਦਾ ਇਨਹੈਰਿਟਿਡ ਸਿਸਟਮ ਹੈ। ਬਿਲਕੁਲ। ਹਾਂਜੀ, ਜਿਹੜਾ ਕਿ ਕਿਸੇ ਕੋਈ ਇਹਨੂੰ ਉਹ ਨਹੀਂ ਕਰ ਸਕਦਾ। ਤਾਂ ਡਾਕਟਰ ਮਨਮੋਹਨ ਸਿੰਘ ਲਾਜਵਾਬ ਹੋ ਗਏ ਸਨ। ਮੈਨੂੰ ਬਾਦਲ ਸਾਹਿਬ ਦੱਸਣ ਕਿ ਵੀ ਜੇ ਸਾਨੂੰ ਆਟੋਨਮਸ ਬਾਡੀ ਦੇਣੀ ਕੀਤੀ ਸੀ ਤਾਂ ਫਿਰ ਮੁਕਰੇ ਕਿਉਂ? ਉਹਨਾਂ ਦੇ ਸਾਰੇ ਦੇ ਸਾਰੇ ਜਿੰਨੇ ਬੰਦੇ ਸਨ, ਦੇਖੋ ਗੱਲ ਪਤਾ ਕੀ, ਗੱਲ ਬੜੀ ਸਪਸ਼ਟ ਹੈ, ਕਹਿਣੀ ਚੱਜਦੀ ਵੀ ਨਹੀਂ ਪਰ ਕਹਿਣੇ ਬਗੈਰ ਰਿਹਾ ਵੀ ਜਾਂਦਾ। ਮਸਲਾ ਗੋਲਕ ਦਾ ਹੈ, ਜਿਹੜੀ ਹੁਣ ਹਰਿਆਣੇ ਦੀ ਗੋਲਕ ਹੈ। ਹਾਂਜੀ, ਜਿਹੜੀ ਹਰਿਆਣੇ ਦੀ ਗੋਲਕ ਹੈ, ਇਹ ਝੂਠ ਬੋਲਦੇ ਨੇ ਕਿ ਹਰਿਆਣੇ ਦਾ ਖਰਚਾ ਅਸੀਂ ਕਰਨੇ ਹਾਂ। ਹਰਿਆਣੇ ਦੀ ਗੋਲਕ ਇੰਨੀ ਸਰਪਲਸ ਹੈ ਕਿ ਵੀ ਜਿਹਦਾ ਕੋਈ ਅੰਤ ਨਹੀਂ ਗਾ। 10,000 acres ਜ਼ਮੀਨ ਹੈ ਉੱਥੋਂ ਦੀ, ਉਹ 10,000 acres ਜ਼ਮੀਨ ਦਾ ਠੇਕਾ ਕਿੰਨਾ ਬਣਦਾ ਹੈ? ਦੇ ਆਰ ਟੈਲਿੰਗ ਲਾਈ, ਦੇ ਆਰ ਮਿਸਲੀਡਿੰਗ, ਗਲਤ ਬੋਲਦੇ ਨੇ। ਫਿਰ ਇਹ ਗੋਲਕ ਵਾਲੀ ਗੱਲ ਵਾਰ ਵਾਰ ਕਿਉਂ ਕਹੀ ਜਾਂਦੀ ਹੈ ਕਿ ਜੇ 19 ਗੋਲਕ ਦੇ ਵਿੱਚ ਮਾਇਆ ਨਹੀਂ ਆਉਂਦੀ ਫਿਰ ਖਰਚਾ ਕਿੰਨਾ? ਪਰ ਮੈਂ ਇੱਕੋ ਗੱਲ ਪੁੱਛਣਾ, ਬਈ ਤੁਹਾਨੂੰ ਕੀ ਲੋੜ ਹੈ ਘਾਟੇ ਦਾ ਸੌਦਾ ਕਰਨ ਦੀ? ਸਾਨੂੰ ਸਾਡੇ ਗੁਰਦੁਆਰੇ ਸਾਨੂੰ ਦੇ ਦਿਓ, ਅਸੀਂ ਆਪ ਜਿਵੇਂ ਮਰਜ਼ੀ ਪ੍ਰਬੰਧ ਕਰੀਏ ਨਾ ਕਰੀਏ, ਤੁਸੀਂ ਕੀ ਲੈਣਾ? ਤੁਹਾਨੂੰ ਮੇਰੇ ਘਰ ਦਾ ਖਰਚਾ ਕਿਸ ਤਰ੍ਹਾਂ ਚੱਲਦਾ ਹੈ, ਇਹਦਾ ਫਿਕਰ ਹੈਗਾ ਬਾਦਲ ਸਾਹਿਬ ਨੂੰ? ਉਹਨਾਂ ਨੂੰ ਗੁਰਦੁਆਰੇ ਦੀ ਫਿਕਰ ਕਰਨ ਦੀ ਕੀ ਲੋੜ ਹੈ? ਘਾਟੇ ਦੇ ਗੁਰਦੁਆਰੇ 'ਚੋਂ ਕਿਉਂ ਚਲਾਉਂਦੇ ਨੇ? ਮੈਂ ਅਗਲੀ ਗੱਲ ਤੁਹਾਨੂੰ ਦੱਸਾਂ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਹੈ ਪਟਿਆਲੇ ਵਾਲਾ, ਉੱਥੇ ਗੁਰੂ ਸਾਹਿਬ ਰਹੇ ਸਨ 2.5 ਘੰਟੇ, ਅਤੇ ਜਿਹੜਾ ਇਹ ਬਹਾਦਰਗੜ੍ਹ ਵਾਲਾ ਗੁਰਦੁਆਰਾ ਇੱਥੇ ਰਹੇ ਸਨ 3 ਮਹੀਨੇ। ਵੱਡਾ ਇਤਿਹਾਸਕ ਗੁਰਦੁਆਰਾ ਉਹ ਹੈ, ਪੰਜਾਬੀ ਯੂਨੀਵਰਸਿਟੀ ਪਟਿਆਲਾ ਬਣਨ ਤੋਂ ਪਹਿਲਾਂ ਅਤੇ ਬਹਾਦਰਗੜ੍ਹ ਦਾ ਵਿਸਥਾਰ ਹੋਣ ਤੋਂ ਪਹਿਲਾਂ
उस गुरद्वारे पिंडा के गुरद्वारे की जिनी गोलक सी तो उत्थे कोई कीर्तन नहीं हिस्सा से कोई कुछ नहीं होता। हाँ जी ये भी उत्थे जाते हैं SGPC तुम जो तुम मर्जा इतिहासक गुरद्वारा वेख लो इन्होंने इतिहासक गुरद्वारा गुरु साहिबान की पवित्रता दूजी तीजी ना कोई संबंध नहीं गा जितों माया है इट इज़ ए बिजनेस जितों माया मिलती है उत्थे कीर्तन ही होंगे ने भी संगत आई जाती तो अपना फिर असीं किवें कहीए कि पंथ नूं अगे लैके जाइए या पंथ नूं बचाई लईए पंथ नूं पंथ जिन्ना चिर मौजूदा लीडरशिप ने पंजाब की ते SGPC मैं 7 साल SGPC का मैंबर रहा 7 साल SGPC का मैंबर रहा उत्थे ये पोजिशन है कि कहिंदे ते कहिंदे मिनी सिख पार्लीमेंट है उत्थे ये पोजिशन है कि जे बीबी जगीर कौर अज प्रधान है तो सारा अफेयर वो रन करेगी जे कल बीबी जगीर कौर या टौड़ा साहब या बडूंगर साहब प्रधान नहीं है तो वह मैंबर है तो इतने बैठे ने तो वह उठ के कोई भी गल किसी भी किस्म की जी उन्होंने खिलाफत वाली उन्होंने किसी जगह जरूरत नहीं किसी जरूरत नहीं भी वह गल कह सक वो कहती पार्लीमेंट है जिते ओपोजिशन पार्टी को नहीं गई जिते ओपोजिशन नहीं गई इतने तो मैं वेख्या 7 साल पर मैं उत्थे एक गल कही सी मैं कहा जी इतने हाल है मैं तुम्हें एक बड़ी इंटरस्टिंग गल दसन लगा बजट सैशन सीगा ते पावर साहब जनरल सैकटरी साहब पावर साहब एक प्रिंटेड पंफलेट लाया कि बजट स्पीच ऑफ जनरल सैकटरी श्रोमणी गुरद्वारा प्रबंधक कमेटी वित्तीय साल इन्ना तो इन्ना वो बजट स्पीच में बे असी आह किया जो अचीवमेंट्स होंगे ने जिमें हर बजट स्पीच के वक्त हर फाइनेंस मिनिस्टर पढ़ता वो उन्होंने पढ़िया पढ़ के तो कहते भी हूँ ना खालसा जी उच्ची जगारिया नाल ना दोवें हाथ खड़े करके बजट में प्रवानगी दो सारे ने कहता जी बोले सो निहाल सत श्री अकाल बजट पेश बजट पास मैं उठाया मैं फिर मैं 2 मिनट चाहिए चला गया मैं आख्या जी सर पावर साहब जिन्हें को मेरी अखा काम कर दी हैं इस 175 मैंबरी हाउस के बजट पेश नहीं होया बजट कितने पावर साहब करो बजट ही नहीं लैके मैं कहा जी सारे सुन लो हाउस वाले बंदे प्रधान जी तुम भी सुन लो बजट पेश नहीं होया इस वास्ते बजट पास नहीं और उदो कुदरती अनफॉर्चुनेटली 31 मार्च सीगा नहीं तो पहले बजट पास कर लेंगे मैं क्या पढ़ के कड़ा प्रसाद की रसद वास्ते तुसी कानूनी तौर उत्ते पैसा नहीं खर्च सकते हूँ कारण का पता की है SGPC क्यों डीफ एंड डंब है बेजबानी है हाँ जी SGPC सारे मैंबर विद ड्यू रिगार्ड्स टू ऑल ऑफ दैम सिर्फ इस करके कि वो 5वीं फेल अंगूठा टेक नूं टिकट देंदे ने दूजे नूं टिकट नहीं देंदे ताकि किसी को पता ही नहीं लगे भी बजट की होंगे है वजह क्यों है मतलब कल्ला ओपोजिशन ना होने करके तो साडा साडा पॉलिटिकल कल्चर ही डेवलप नहीं हुआ वही मैं कह रहा हूं कि अकाली दल जो कि काबज ही है मैं नहीं कहूंगा लंबे समय तो काबज ही है SGPC ते वो बार बार कहते हैं कि खुला है सारे चोन लड़ते हैं जो जितना कमेटी बन जाती है महाराज जी पिछला इलेक्शन SGPC से लड़ा गया है जी मैंने एक बंदे का पता मैं उनका नाम नहीं लेना चाहता उस बंदे ने इलेक्शन लड़िया उनके सारे साथियों ने मार मार के डंडे ना वोट नहीं पा दी गई अपनी मन मर्जी का इलेक्शन लड़ा लड़ते हैं मन मर्जी का सब पीसी दे इलेक्शन तक्का होंगे यस हाँ जी मैं पुरानी नहीं मैं पता पिछले इलेक्शन में तक्का होया पर हूँ तो लंबे समय तो हुई नहीं वो भी एक बड़ा सवाल है अपने आप फिर इलेक्शन क्यों नहीं हुई फिर इलेक्शन इस करके नहीं हुई हूँ ओपोजिशन जिन्हें भी ऐसी अकाली दल ओपोजिशन वाले ने चाहे वह मान साहब ने चाहे वह कोई है मैं सारे की सोच उत्ते हैरान हाँ इस गलों के मैं इस करके जिहड़ा हरियाणा सिख गुरद्वारा मैनेजमेंट कमेटी का एक्ट है मैं उनके लफ्ज़ पवाया है कि 5 साल बाद इलेक्शन होगी लफ्ज़ उत्ते शैल है इत्थे 1925 के एक्ट के टाइम का पिया होया तो वह मे है 5 साल बाद इलेक्शन करा लो नहीं करवाने चौड़ा साहब सूट कर देने बाला साहब सूट कर देने 17 साल इलेक्शन नहीं हुए यू नो इट
कि 17 साल इलेक्शन हुए फिर कहदी पार्लीमेंट और यही मैं गल कहना कि ये पंचायत के इलेक्शन भी हरियाणे भी इस तरह लफ्ज मेज सीगा ते चुटाला साहब नूं जदों सूट करदा सी ना भी हुण असैम्बली इलेक्शन होने ने ते मैं अगे करावां पिछे करावां छिमाही पहलों करावां किस तरह करावां वो उनके मुताबिक पंचायत के इलेक्शन करा लो जी साहब हुण हक मिल के रहेगा बहुत अखीला सवाल और बहुत कट शब्द है थोड़े तो जवाब चाहूंगा मेरा तो इको इको गल होगा मैं अपने मन की गल कहूँगा हक देना सुप्रीम कोर्ट ने सुप्रीम कोर्ट ने देना एज पर ला वो ला जनरल वकील मैं तो एक गल जानना हरियाणा कमेटी बन गई सब का धन्यवाद असी SCP का भी धन्यवाद करांगे असी श्रोमणी अकाली दल का भी धन्यवाद करांगा और मैं अपने मन की गल कह दिया कि जे हरियाणा कमेटी बन तो बाद इफ आई एम समथिंग वेरी समाल ईवन इन दैट ऑर्गेनाइजेशन तो जिमें हिंदुस्तान आज़ाद होने तो बाद अंग्रेज़ों ने कामनवैल्थ बना के तो सारे मुल्कों जो उन्होंने गुलाम रहे सन उन्होंने वधिया संबंध रखे उन्होंने विकास करने में उन्होंने मदद दी तो उन्होंने प्राइम मिनिस्टर मान सम्मान दिता तो हिंदुस्तान वाले ने भी मतलब क्वीन एलिजबैथ बुला रहे हैं 26 जनवरी ये कर रहे हैं वो कर रहे हैं मान सम्मान रखा ये एक कल्चर की गल है जे मौका मिलिया तो ये कल्चर विखा लेंगे कि भी ये कल्चर की होता है सद भावना का कल्चर हाँ जी ये तो सानू उ कमरा नहीं देंगे हरियाणे के सिखा कमरा नहीं देंगे अपने प्यो की निजी जायदाद बनाई हुई है एडू बंदा भी कुहाल हो सकता है और अफसोस इस गल का कोई बंदा नहीं बोलता सिखा कोई पोलिटिकल कॉन्शियसनैस नहीं गुरु गोबिंद सिंह जी ने गुरु नानक देव ने मैं गुरु नानक देव की जीवनी 550 साल करके मैं बड़ी डिटेल्ड पढ़ी है बड़ी इंस्पीरेशन मिली है गुरु नानक साहब ने किसी की ईन नहीं मनी गुरु नानक साहब ने किसी की परवाह नहीं की तो गुरु हरगोबिंद साहब के बाद तो फिर आप मीरी पीरी का चल पाया तो असी ओपन कन्फ्रंटेशन आए उत्थे असी जिते हारे मरे मराए जो होया दैट इज़ इमटीरियल चार साहबजादे बंदा बहादुर उन्होंने बेटा जो कुछ है उही साड़ी जिंदगी है पर मैं एक गल दसो चाहे पंजाब का सिख है चाहे हरियाणे का सिख है चाहे दिल्ली का सिख है हाँ जी असी पटवारी दे अगे खंगन जुगे नहीं गए साड़ी जमीर साडे हाकमां ने साड़ी SCPC ने साड़ियां संस्थावां ने यह साथी करवा दी है और इहदी लेटेस्ट एग्जाम्पल कल दी परसों दी अखबार पढ़ लो जिन्हें भी पंजाब दे अकाली दल दे बंदे ने उच्चे कोठे ते चढ़ के कहंदे पए ने कि साड़ी सपोर्ट भाजपा थोड़े पल्ले की रह गया सिक्खी की हुंदी है सवाल बटे ने मैं इजाजत चाहूंगा बहुत बहुत धन्यवाद नवी साहब साढ़े नाल गलबात करने के लिए सो बिल्कुल हरियाणे की वक्री कमेटी नूं लैके लगातार पिछले लंबे समय तो संघर्ष करते रहे नवी साहब और हुण भी उस कानून ते पूरा जिहड़ा विश्वास कायम है और कह रहे ने कि हक मिलेगा और मिलेगा तो एक मिसाल कायम करेंगे इजाजत दिओ धन्यवाद